Wish to study and settle abroad? With India's most trusted company, more than 3,000 plus visas in the past year. Meet international delegates. Get scholarship up to rupees 40 lakhs. More than 2,000 plus programs to choose from. Awarded number one consultant by Canadian and American institutes. Visit www.landmarkimmigration.com. ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸੰਗਤਾਂ ਨੇ 40 ਮੁਕਤਿਆਂ ਨੂੰ ਕੀਤਾ ਯਾਦ। ਪਾਕ ਡਰੋਨਾਂ ਨੇ ਪਾਇਆ ਪੜਥੂ, ਲੋਕਾਂ ਵਿੱਚ ਦਹਿਸ਼ਤ ਤੇ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ। ਢੀਂਡਸਾ ਪਰਿਵਾਰ ਤੇ ਵਰੇ ਸੁਖਬੀਰ ਬੋਲੇ, ਪਿੱਠ ਵਿੱਚ ਛੁਰਾ ਮਾਰਨ ਵਾਲੇ ਟਕਸਾਲੀ ਨਹੀਂ ਹੁੰਦੇ। ਬੀਬੀ ਪੱਠਲ ਨੇ ਕਿਹਾ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਤੇ ਪਰਮਿੰਦਰ ਸਿੰਘ ਢੀਂਡਸਾ ਵਿਧਾਇਕੀ ਤੋਂ ਦੇਣ ਅਸਤੀਫਾ। ਤੇ ਹਲਕਾ ਮਹਿਰ ਕਲਾਂ ਦੇ ਪ੍ਰਮੁੱਖ ਅਕਾਲੀ ਆਗੂਆਂ ਨੇ ਕੀਤੀ ਬਗਾਵਤ, ਢੀਂਡਸਾ ਨਾਲ ਖੜਨ ਦਾ ਐਲਾਨ। ਤੇ ਹੁਣ ਇਹਨਾਂ ਚੋਣਵੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ। ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਜਿੱਥੇ ਅੱਜ ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਨੇ ਪਵਿੱਤਰ ਮੁਕਤ ਸਰੋਵਰ ਵਿੱਚ ਇਸ਼ਨਾਨ ਕੀਤਾ, ਉੱਥੇ ਹੀ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਵਿੱਚ ਮੱਥਾ ਟੇਕਿਆ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸੰਗਤਾਂ ਦਾ ਵੱਡਾ ਸੈਲਾਬ ਨਜ਼ਰ ਆਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਘੀ ਦੇ ਤਿਉਹਾਰ ਮੌਕੇ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ, ਜਿੱਥੇ ਉਹਨਾਂ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਦੇਸ਼ ਵਿਦੇਸ਼ ਵਿੱਚੋਂ ਆਈਆਂ ਸੰਗਤਾਂ ਨੇ ਦੱਸਿਆ ਕਿ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਉਹਨਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਅੱਜ ਪਾਵਨ ਮਾਘੀ ਦਾ ਦਿਨ ਹੈ ਜੀ, ਅਤੇ ਇੱਥੇ ਕਾਫੀ ਤਦਾਦ ਵਿੱਚ ਸੰਗਤਾਂ ਆਈਆਂ ਹੋਈਆਂ ਗੁਰੂ ਸਾਹਿਬ ਦਰਸ਼ਨ ਕਰਨ ਵਾਸਤੇ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਜੀ, ਬੜਾ ਵਧੀਆ ਲੱਗਿਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ। ਐਂਡ ਸਾਰਿਆਂ ਨੂੰ ਚਾਹੀਦਾ ਕਿ ਸੰਗਰਾਂਦ ਵਾਲੇ ਦਿਨ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮਾਘੀ ਦੇ ਪਵਿੱਤਰ ਦਿਨ 'ਤੇ ਜ਼ਰੂਰ ਦਰਸ਼ਨ ਕਰਨ ਆਓ ਜੀ। ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਜੀ, ਵਾਹਿਗੁਰੂ ਜੀ ਨੇ ਕਿਰਪਾ ਕੀਤੀ ਮੇਰੇ 'ਤੇ। ਪਿਛਲੇ 10 ਸਾਲਾਂ ਤੋਂ ਇੱਥੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰ ਰਹੀ ਹਾਂ, ਬੜਾ ਵਧੀਆ ਲੱਗ ਰਿਹਾ ਜੀ। ਖਾਲਸਾ ਜੀ, ਹਰ ਸਾਲ ਆਈਦਾ ਜੀ, ਬਹੁਤ ਖੁਸ਼ੀ ਮਿਲਦੀ ਹੈ ਜੀ ਇੱਥੇ ਗੋਲਡਨ ਟੈਂਪਲ ਦਰਬਾਰ ਸਾਹਿਬ। ਠੰਡ ਬਹੁਤ ਹੈ ਜੀ, ਫਿਰ ਵੀ ਠੰਡ ਨੂੰ ਪਿੱਛੇ ਰੱਖਦੇ ਹੋਏ ਸੰਗਤ ਹੁੰਮ ਹੁਮਾ ਕੇ ਪਹੁੰਚ ਰਹੀ ਹੈ ਜੀ ਮਾਘੀ ਦੇ ਮੇਲੇ ਦੇ ਦਰਸ਼ਨ ਕਰਨ ਵਾਸਤੇ ਜੀ। ਬਾਕੀ ਸਿੱਖ ਸੰਗਤਾਂ ਨੂੰ ਅਪੀਲ ਹੈ ਜੀ, ਆਪਣੇ ਭੇਦਭਾਵ ਛੱਡਦੇ ਹੋਏ ਗੁਰਪੁਰਬ ਬਹੁਤ ਸ਼ਰਧਾ ਨਾਲ ਮਨਾਉਣੇ ਚਾਹੀਦੇ ਨੇ, ਤਾਂ ਜੋ ਸਿੱਖ ਕੌਮ ਦਾ ਸਿਰ ਜੋ ਫਕਰ ਨਾਲ ਉੱਚਾ ਹੋ ਸਕੇ, ਤਾਂ ਜੋ ਸਿੱਖ ਕੌਮ ਦੇਸ਼ ਵਿਦੇਸ਼ ਵਿੱਚ ਵੱਸਦੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਜੀ, ਮਾਘੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਲਡਨ ਟੈਂਪਲ ਵਿੱਚ ਬਹੁਤ ਉਤਸ਼ਾਹ ਨਾਲ ਸੰਗਤਾਂ ਆ ਰਹੀਆਂ ਨੇ, ਆਪ ਵੀ ਹੁੰਮ ਹੁਮਾ ਕੇ ਪਹੁੰਚੋ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰੋ। ਧੁੰਦ ਤੇ ਠੰਡ ਦਾ ਫਾਇਦਾ ਉਠਾਉਣ ਦੇ ਮਾੜੇ ਇਰਾਦਿਆਂ ਨਾਲ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਉੱਡਣ ਤੇ ਭਾਰਤੀ ਖੇਤਰ ਵਿੱਚ ਪੈਂਦੀ BSF ਚੌਂਕੀ ਸ਼ਾਮੇ ਕੇ ਲਾਗਲੇ ਇਲਾਕੇ ਵਿੱਚ ਦਾਖਲ ਹੋਣ ਦੀਆਂ ਖਬਰਾਂ ਮਿਲ ਰਹੀਆਂ ਨੇ। ਉਕਤ ਖਬਰਾਂ ਨੇ ਕੜਾਕੇ ਦੀ ਠੰਡ ਵਿੱਚ ਭੁਚਾਲ ਲਿਆਤਾ ਏ। ਲੋਕਾਂ ਅੰਦਰ ਜਿੱਥੇ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਨੇ, ਜਿਨ੍ਹਾਂ ਵੱਲੋਂ ਜਿੱਥੇ ਡਰੋਨ ਦੀ ਹਰਕਤ ਨੂੰ ਭਾਪਿਆ ਜਾ ਰਿਹਾ ਏ। ਇਸੇ ਕੜੀ ਵਿੱਚ 13-14 ਜਨਵਰੀ ਦੀ ਦਰਮਿਆਨੀ ਰਾਤ ਨੂੰ BSF ਦੀ 116 ਬਟਾਲੀਅਨ ਦੇ ਇਲਾਕੇ ਵਿੱਚ ਸਰਹੱਦੀ ਚੌਂਕੀ ਗਜ਼ਲ ਨੇੜੇ ਭਾਰਤੀ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਵੇਖੇ ਜਾਣ ਦੀ ਖਬਰ ਮਿਲੀ ਹੈ। ਪਾਕਿਸਤਾਨ ਨੇ ਇਸ ਨੂੰ ਰਾਤ ਅਤੇ ਸੰਘਣੀ ਧੁੰਦ ਦਾ ਫਾਇਦਾ ਚੁੱਕਦਿਆਂ ਭਾਰਤੀ ਇਲਾਕੇ ਵਿੱਚ ਭੇਜਿਆ। ਸੂਤਰਾਂ ਮੁਤਾਬਕ ਜਾਣਕਾਰੀ ਮਿਲਣ ਤੇ BSF ਦੇ ਜਵਾਨਾਂ ਵੱਲੋਂ ਇਸ ਡਰੋਨ ਨੂੰ ਡਿੱਗਣ ਲਈ 100 ਰਾਊਂਡ ਦੇ ਕਰੀਬ ਫਾਇਰਿੰਗ ਵੀ ਕੀਤੀ ਗਈ, ਜਿਸ ਤੋਂ ਬਾਅਦ ਸਰਚ ਅਭਿਆਨ ਚਲਾਇਆ ਗਿਆ। ਇਸ ਸਬੰਧੀ BSF ਵੱਲੋਂ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ, ਪਰ ਇੱਥੋਂ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇਣ ਦੀ ਗੱਲ ਕਹੀ ਹੈ। ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਏ ਤੇ ਇਸ ਕੌਮ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ। ਉਹਨਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ ਏ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ। ਉਹਨਾਂ ਦੱਸਿਆ ਕਿ ਕੋਈ ਪਾਰਟੀ 20 ਸਾਲ ਪੁਰਾਣੀ ਤੇ ਕੋਈ 40 ਸਾਲ ਪੁਰਾਣੀ ਹੈ, ਪਰ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਅਕਾਲੀ ਦਲ ਪ੍ਰਧਾਨ ਨੇ ਢੀਂਡਸਾ ਪਰਿਵਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਪਿੱਠ ਵਿੱਚ ਛੁਰਾ ਮਾਰਨ ਵਾਲੇ ਟਕਸਾਲੀ ਨਹੀਂ ਹੁੰਦੇ। ਉਹਨਾਂ ਕਿਹਾ ਕਿ 30 ਸਾਲ ਵਿੱਚ ਢੀਂਡਸਾ ਇੱਕ ਵਾਰ ਜਿੱਤੇ ਨੇ, ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਟਕਸਾਲੀ ਕਹਿਣ ਵਾਲੇ ਸੇਖਵਾਂ ਸਾਹਿਬ 30 ਸਾਲ ਤੋਂ ਲਗਾਤਾਰ ਹਾਰੇ ਨੇ। ਹਿੰਦੁਸਤਾਨ ਦੀਆਂ ਸਾਰੀ ਸਿਆਸੀ ਪਾਰਟੀਆਂ ਵਿੱਚੋਂ ਦੂਜੇ ਨੰਬਰ ਤੇ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ। ਕਾਂਗਰਸ ਸਭ ਤੋਂ ਵੱਡੀ ਹੈ, ਜ਼ਿਆਦਾ ਉਮਰ ਹੈ, ਪਰ ਜਿੰਨੀਆਂ ਵੀ ਦੂਜੀਆਂ ਪਾਰਟੀਆਂ
ਕੋਈ 20 ਸਾਲ ਪੁਰਾਣੀ ਹੈ, ਕੋਈ 40 ਸਾਲ ਪੁਰਾਣੀ ਹੈ, 100 ਸਾਲ ਦੇ ਨੇੜੇ ਕੋਈ ਨਹੀਂ ਹੈ। ਆਪਾਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਮੈਂ ਪਾਰਲੀਮੈਂਟ ਵਿੱਚ ਕਿਹਾ ਆਪਾਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਸਭ ਤੋਂ ਵੱਧ ਜੇ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਸਭ ਤੋਂ ਵੱਡਾ ਨੁਕਸਾਨ ਹੋਇਆ ਉਹ ਪੰਜਾਬੀਆਂ ਦਾ ਹੋਇਆ, ਆਪਣੀ ਕੌਮ ਦਾ ਹੋਇਆ। ਮੈਨੂੰ ਬੜਾ ਦੁੱਖ ਲੱਗਦਾ ਕਈ ਆਪਣੇ ਪਾਰਟੀ ਚ ਜਿਹੜੇ ਇੰਨੀ ਸਾਲ ਪਾਰਟੀ ਦਾ ਨਿੱਘ ਮਾਨਿਆ, ਪਾਰਟੀ ਦੀ ਤਾਕਤ ਦਾ ਨਿੱਘ ਮਾਨਿਆ, ਪਾਰਟੀ ਦੀਆਂ ਪ੍ਰਾਪਤੀਆਂ ਵਿੱਚ ਉਹਨਾਂ ਨੇ ਸੁੱਖ ਮਾਨਿਆ, ਅੱਜ ਆਪਣੇ ਆਪ ਨੂੰ ਕਹਿੰਦੇ ਆ ਪਾਰਟੀ ਦੇ ਉਲਟ ਹੋ ਕੇ ਆਪਣੇ ਆਪ ਨੂੰ ਟਕਸਾਲੀ ਕਹਿੰਦੇ ਆ। ਮੈਂ ਮੇਰੇ ਪਿਤਾ ਬਾਦਲ ਸਾਹਿਬ ਨੂੰ ਇੱਕ ਬੈਠਾ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਟਕਸਾਲੀ ਕੌਣ ਹੈ? ਪ੍ਰੈਸ਼ਰ ਨਹੀਂ ਬਾਦਲ ਸਾਹਿਬ ਨੂੰ ਪੁੱਛਿਆ, ਕਹਿੰਦੇ ਟਕਸਾਲੀ ਉਹ ਜਿਹੜੀ ਆਪਣੀ ਪਾਰਟੀ ਦਾ ਵਫਾਦਾਰ, ਟਕਸਾਲੀ ਓਏ ਭਾਵੇਂ ਪਾਰਟੀ ਦੇ ਨਾ ਦੇ, ਪਾਰਟੀ ਦੇ ਪਿੱਠ ਚ ਕਸ਼ੂਰਾਂ ਮਾਰੇ ਨਾ, ਉਹ ਟਕਸਾਲੀ ਹੈ। ਟਕਸਾਲੀ ਉਹ ਜੋ ਪਾਰਟੀ ਦਾ ਹੁਕਮ ਹੋਏ ਅੱਖਾਂ ਮੀਚ ਕੇ ਉਹ ਹੁਕਮ ਪੂਰਾ ਕਰੇ। ਟਕਸਾਲੀ ਉਹ ਨਹੀਂ ਕਿ ਸਾਰਾ ਕੁਝ ਖਾ ਕੇ ਸਾਰਾ ਨਿੱਘ ਮਾਨ ਕੇ ਫਿਰ ਪਾਰਟੀ ਦੇ ਪਿੱਠ ਤੇ ਸ਼ੁਰਾ ਮਾਰੇ। ਮੇਰੇ ਸਤਿਕਾਰਯੋਗ ਪੰਚਾ ਸਾਹਿਬ, ਮੇਰੇ ਸਤਿਕਾਰਯੋਗ, ਮੈਂ ਅੱਜ ਕਹਿਣਾ ਨਹੀਂ ਚਾਹੁੰਦਾ ਸਰ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਪੱਠਲ ਨੇ ਕਿਹਾ ਕਿ ਅਕਾਲੀ ਦਲ ਤੋਂ ਬਾਗੀ ਹੋਏ ਸੁਖਦੇਵ ਸਿੰਘ ਢੀਂਡਸਾ ਨੂੰ ਰਾਜ ਸਭਾ ਤੇ ਉਸ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਵਿਧਾਇਕ ਦੇ ਅਹੁਦੇ ਤੋਂ ਇਖਲਾਕੀ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਜਿਸ ਪਾਰਟੀ ਤੋਂ ਟਿਕਟ ਲੈ ਕੇ ਪਹਿਲਾਂ ਵਜ਼ੀਰ ਤੇ ਵਿਧਾਇਕ ਬਣੇ ਉਹ ਹੁਣ ਮਤਭੇਦ ਹੋਣ ਕਰਕੇ ਉਸੇ ਪਾਰਟੀ ਨੂੰ ਮਾੜਾ ਆਖ ਰਹੇ ਨੇ। ਬੀਬੀ ਪੱਠਲ ਨੇ ਅੱਜ ਪਿੰਡ ਜਲੂਰ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਜ਼ਿਕਰ ਕਹਿੰਦਾ ਏ ਕਿ ਉਹਨਾਂ ਨੇ ਅਕਾਲੀ ਸਰਕਾਰ ਸਮੇਂ ਵਾਪਰੇ ਬੇਦਬੀ ਕਾਂਡ ਦੇ ਰੋਸ ਵਜੋਂ ਅਸਤੀਫਾ ਦਿੱਤਾ ਏ, ਤਾਂ ਜਦੋਂ ਬੇਦਬੀ ਕਾਂਡ ਵਾਪਰਿਆ ਸੀ ਉਦੋਂ ਵਜ਼ੀਰੀਆਂ ਤੇ ਅਹੁਦਿਆਂ ਦਾ ਆਨੰਦ ਕਿਉਂ ਮਾਣਦੇ ਰਹੇ? ਬੀਬੀ ਪੱਠਲ ਨੇ ਬਾਦਲ ਪਰਿਵਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਪਿਓ ਪੁੱਤ ਤੇ ਢੀਂਡਸਾ ਪਿਓ ਪੁੱਤ ਇਹ ਦੋਵੇਂ ਹੀ ਬਰਾਬਰ ਦੇ ਦੋਸ਼ੀ ਨੇ। ਦੋਹਾਂ ਪਰਿਵਾਰਾਂ ਨੂੰ ਪੰਜਾਬ ਦੀ ਸਿਆਸਤ ਵਿੱਚੋਂ ਇੱਕ ਪਾਸੇ ਕਰ ਦੇਣਾ ਚਾਹੀਦਾ ਹੈ। ਦੇਖੋ, ਇਖਲਾਕੀ ਤੌਰ 'ਤੇ ਤਾਂ ਇਹੀ ਬਣਦਾ ਹੈ, ਜਿਸ ਪਾਰਟੀ 'ਚੋਂ ਤੁਸੀਂ ਚੁਣੇ ਗਏ ਹੋ, ਜਿਸ ਪਾਰਟੀ ਤੋਂ ਟਿਕਟ ਲੈ ਕੇ MLA ਬਣੇ ਹੋ, ਜਿਸ ਪਾਰਟੀ ਤੋਂ ਤੁਸੀਂ ਟਿਕਟ ਲੈ ਕੇ ਪਹਿਲਾਂ ਵਜ਼ੀਰੀਆਂ ਕੀਤੀਆਂ ਅਤੇ ਅੱਜ MLA ਹੋ, ਅਤੇ ਜੇ ਤੁਸੀਂ ਉਹ ਪਾਰਟੀ ਨੂੰ ਕ੍ਰਿਟੀਸਾਈਜ਼ ਕਰਦੇ ਹੋ, ਉਹਨੂੰ ਮਾੜਾ ਕਹਿੰਦੇ ਹੋ, ਗਲਤ ਕਹਿੰਦੇ ਹੋ, ਉਹਦੇ ਨਾਲ ਸਹਿਮਤ ਨਹੀਂ, ਤਾਂ ਤੁਹਾਨੂੰ ਕੁਦਰਤੀ ਤੌਰ 'ਤੇ ਬਣਦਾ ਕਿ ਇਖਲਾਕੀ ਤੌਰ 'ਤੇ ਡਿਜ਼ਾਈਨ ਦੇ ਦੇਣਾ ਚਾਹੀਦਾ ਹੈ। ਇਹਨਾਂ ਦੇ ਪਿਤਾ ਜੀ ਨੂੰ ਰਾਜ ਸਭਾ 'ਚੋਂ ਦੇਣਾ ਚਾਹੀਦਾ, ਹੁਣ ਦੇਣਾ ਚਾਹੀਦਾ। ਬੋਲਦੀ ਨੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੇ ਇਹ ਕਹਿੰਦੇ ਵੀ ਸੀ ਉਸ ਕਰਕੇ ਧਾਰਮਿਕ ਤੌਰ 'ਤੇ ਕਰਦੇ ਹਾਂ, ਤਾਂ ਉਦੋਂ ਦੇਣਾ ਚਾਹੀਦਾ ਸੀ। ਜੇ ਅੱਜ ਸਿਰਫ ਇਹ ਪ੍ਰਧਾਨਗੀ ਦੀ ਕੋਈ ਲਾਲਸਾ ਸੀ ਇਹਨਾਂ ਨੂੰ, ਇਹਨਾਂ 'ਚੋਂ ਕੋਈ ਬਣਨਾ ਚਾਹੁੰਦਾ ਸੀ, ਬਹਾਨਾ ਲੈ ਰਹੇ ਆ ਆਪਣੇ ਉਸਦਾ ਧਰਮ ਦੀ ਆੜ ਵਿੱਚ ਗੱਲ ਕਰਦੇ ਆ, ਤਾਂ ਇਹਨਾਂ ਨੂੰ ਅੱਜ ਦੇ ਦੇਣਾ ਚਾਹੀਦਾ, ਕਿਉਂਕਿ ਰੌਲਾ ਤਾਂ ਕੁਰਸੀ ਦਾ ਹੈ। ਇਹਨਾਂ ਨੇ ਜਿਹੜੀ ਅੱਜ ਇਲਜ਼ਾਮ ਲਾਏ ਨੇ ਕਿ ਇਹ ਜਿਹੜਾ ਸੁਖਵੀਰ ਹੈ ਇਹ ਸਾਡੀਆਂ ਆਪਣੀਆਂ ਪਾਰਟੀ ਦੀਆਂ ਪਰੰਪਰਾਵਾਂ ਮੁਤਾਬਕ ਨਹੀਂ ਚੁਣਿਆ ਗਿਆ, ਪ੍ਰੋਪਰ ਵੋਟਿੰਗ ਨਹੀਂ ਹੋਈ, ਹੱਕ ਨਹੀਂ, ਇਹ ਕਿਹਾ ਹੈ, ਇਟ ਮੀਨਸ ਕੁਰਸੀ ਦਾ ਰੌਲਾ ਹੈ, ਅਤੇ ਨਾ ਧਰਮ ਦਾ ਵਰਤਦੇ ਆ, ਧਰਮ ਦਾ ਨਾ ਇਸਤੇਮਾਲ ਕਰਨਾ ਛੱਡ ਦੇਣ, ਧਰਮ ਦੇ ਮਾਮਲੇ 'ਚ ਬਰਾਬਰ ਦੇ ਦੋਸ਼ੀ ਨੇ। ਜੇ ਇਹ ਦੋਸ਼ੀ ਨਾ ਆਪਣੇ ਆਪ ਨੂੰ ਸਮਝਣਾ ਹੁੰਦਾ ਤਾਂ ਉਦੋਂ ਰਿਜ਼ਾਈਨ ਦੇ ਕੇ ਵਾਪਸ। ਬਾਦਲ ਪਿਓ ਪੁੱਤ ਅਤੇ ਢੀਂਡਸਾ ਪਿਓ ਪੁੱਤ ਇਹ ਦੋਨੋਂ ਹੀ ਬਰਾਬਰ ਦੇ ਗਵਾਹ ਗੁਨਾਹਗਾਰ ਨੇ, ਦੋਨੋਂ ਸੱਜੇ ਖੱਬੇ ਹੱਥ ਨੇਗੇ, ਤੁਸੀਂ ਕਿਵੇਂ ਬਾਹਾਂ ਹੈਗੀਆਂ, ਦੋਨੇ ਬਰਾਬਰ ਦੇ ਗੁਨਾਹਗਾਰ ਹੈ, ਦੋਨਾਂ ਨੂੰ ਹੀ ਪਾਸੇ ਕਰ ਦੇਣਾ ਚਾਹੀਦਾ। ਇਹ ਵੀ ਵਿੱਚ ਬੈਠ ਕੇ ਸਾਰਾ ਕੁਛ ਰਾਜ ਭਾਗ ਭੋਗਦੇ ਰਹੇ, ਕਰਾਉਂਦੇ ਰਹੇ ਸਭ ਕੁਛ, ਖਤਮ ਕੰਮ, ਰਾਜਸੀ ਤੌਰ 'ਤੇ ਲੋਕਾਂ ਨੇ ਇਹਨਾਂ ਦਾ ਭੋਗ ਪਾਤਾ, ਸਿਆਸੀ ਭੋਗ ਪੈ ਚੁੱਕਿਆ ਇਹਨਾਂ ਦਾ। ਇਹ ਕਦੇ ਨਹੀਂ ਸੀ ਹੋਇਆ ਅੱਜ ਤੱਕਰ ਕਿ ਅਕਾਲੀ ਦਲ ਪਾਰਟੀ ਕਦੇ ਸਰਕਾਰ 'ਚ ਹੁੰਦੀ ਕਦੇ ਓਪੋਜੀਸ਼ਨ ਹੁੰਦੀ, ਪਹਿਲੀ ਵਾਰ ਹੋਇਆ ਕਿ ਓਪੋਜੀਸ਼ਨ ਦਾ ਦਰਜਾ ਵੀ ਨਹੀਂ ਦਿੱਤਾ ਲੋਕਾਂ ਨੇ ਇਹਨਾਂ ਨੂੰ, ਅਤੇ ਇਸ ਲਈ ਇਹਨਾਂ ਨੂੰ ਮੈਂ ਤਾਂ ਕਹਿੰਦੀ ਹਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਖਲਾਕੀ ਤੌਰ 'ਤੇ, ਇਖਲਾਕੀ ਤੌਰ 'ਤੇ ਸਿਆਸਤ ਤੋਂ ਸੰਨਿਆਸ ਲੈ ਲੈਣ ਸਾਰੇ ਅਕਾਲੀ ਦਲ ਵਾਲੇ, ਅਤੇ ਬੈਠ ਕੇ ਪਛਤਾਪ ਕਰਨ, ਕਿਸੇ ਨਾ ਕਿਸੇ ਥਾਂ 'ਤੇ ਬੈਠ ਕੇ ਸ਼ਾਇਦ ਰੱਬ ਮਾਫ਼ ਕਰ ਦੇਣਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਕਰਕੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਅਕਾਲੀ ਵਰਕਰਾਂ ਵਿੱਚ ਪੈਦਾ ਹੋਇਆ ਗੁੱਸਾ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਪਾਰਟੀ ਦੀ ਇਸ ਕਾਰਵਾਈ ਤੋਂ ਬਾਅਦ ਰੋਹ ਵਿੱਚ ਆਏ ਹਲਕਾ ਮਹਿਲ ਕਲਾਂ ਦੇ ਪ੍ਰਮੁੱਖ ਅਕਾਲੀ ਆਗੂਆਂ ਤੇ ਵਰਕਰਾਂ ਨੇ ਮਹਿਲ ਕਲਾਂ ਵਿਖੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਸਪਸ਼ਟ ਤੌਰ 'ਤੇ
ਢੀਂਡਸਾ ਪਰਿਵਾਰ ਨਾਲ ਖੜਨ ਦਾ ਐਲਾਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਰੱਖੇ ਗਏ ਸੁਝਾਵਾਂ ਨੂੰ ਵਿਚਾਰਨ ਦੀ ਬਜਾਏ ਪਾਰਟੀ ਪ੍ਰਧਾਨ ਵੱਲੋਂ ਉਹਨਾਂ ਨੂੰ ਅਕਾਲੀ ਦਲ ਵਿੱਚੋਂ ਕੱਢਣ ਦੇ ਮਨਸੂਬੇ ਨਾਲ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਮੰਦਭਾਗੀ ਗੱਲ ਹੈ। ਇਸ ਕਾਰਵਾਈ ਤੋਂ ਪਾਰਟੀ ਪ੍ਰਧਾਨ ਦਾ ਤਾਨਾਸ਼ਾਹੀ ਰਵੱਈਆ ਜੱਗ ਜ਼ਾਹਰ ਹੋਇਆ ਹੈ। ਅੱਜ ਦਾ ਜੋ ਸਾਡਾ ਵਰਕਰਾਂ ਦਾ ਇਕੱਠ ਹੈ, ਇਹ ਜੋ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ, ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਸ਼ੋਅ ਕਾਜ ਨੋਟਿਸ ਜਾਰੀ ਕੀਤਾ ਗਿਆ ਹੈ, ਉਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਸਾਰੇ ਇਕੱਤਰ ਹੋਏ ਹਾਂ ਔਰ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਕਿ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ, ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਦਾ ਕੋਈ ਕਸੂਰ ਨਹੀਂ ਹੈ। ਜੇ ਉਹਨਾਂ ਨੇ ਪਾਰਟੀ ਦੀਆਂ ਕਮੀਆਂ ਨੂੰ ਉਜਾਗਰ ਕੀਤਾ, ਜਿਨ੍ਹਾਂ ਕਮੀਆਂ ਦੇ ਕਰਕੇ ਜੋ ਆਮ ਵੋਟਰ ਹੈ ਉਹ ਅਕਾਲੀ ਦਲ ਤੋਂ ਦੂਰ ਹੋਇਆ, ਅਗਰ ਉਹ ਵੋਟਰ ਨੂੰ ਨਾਲ ਲਿਆਉਣ ਦੀ ਖਾਤਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀ ਗੱਲ ਰੱਖੀ ਹੈ, ਅਤੇ ਉਸ ਗੱਲ ਦਾ ਸਮਰਥਨ ਕਰਨ ਦੀ ਬਜਾਏ ਜਾਂ ਉਸ ਗੱਲ ਨੂੰ ਵਿਚਾਰਨ ਦੀ ਬਜਾਏ ਉਹਨਾਂ ਨੂੰ ਅਕਾਲੀ ਦਲ ਤੋਂ ਕੱਢਣ ਦੇ ਮਨਸੂਬੇ ਤਿਆਰ ਕੀਤੇ ਗਏ ਨੇ। ਇਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਸਾਰੇ ਵਰਕਰ ਸਾਹਿਬਾਨ ਕਿ ਇਹਨਾਂ ਗੱਲਾਂ ਨੂੰ ਦੁਬਾਰਾ ਇਹਨਾਂ ਗੱਲਾਂ 'ਤੇ ਗੌਰ ਕੀਤੀ ਜਾਵੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ, ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ, ਸਮੁੱਚੇ ਢੀਂਡਸੇ ਪਰਿਵਾਰ ਦੀਆਂ ਜੋ ਭਾਵਨਾਵਾਂ ਨੇ ਉਹਨਾਂ ਦੀ ਕਦਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾਵੇ, ਇਹ ਸਾਡੇ ਸਾਰਿਆਂ ਦੀ ਪੁਰਜ਼ੋਰ ਅਪੀਲ ਹੈ। ਹੁਸ਼ਿਆਰਪੁਰ ਵਿੱਚ ਅੱਜ ਤੜਕਸਾਰ ਸਿਵਲ ਹਸਪਤਾਲ ਤੋਂ ਇੱਕ ਹਵਾਲਾਤੀ ਦੇ ਭੱਜ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ 4-5 ਦਿਨਾਂ ਤੋਂ ਜ਼ੇਰੇ ਇਲਾਜ ਹਰਪ੍ਰੀਤ ਸਿੰਘ, ਜੋ ਕਿ ਅਸਲਾ ਐਕਟ ਅਧੀਨ ਫੜਿਆ ਗਿਆ ਸੀ, ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਰੱਖਿਆ ਗਿਆ ਸੀ। ਅੱਜ ਉਹ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਤੜਕੇ 4 ਵਜੇ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਰੂਪਨਗਰ ਵਿੱਚ ਹਸਪਤਾਲ ਵਿੱਚੋਂ ਹਵਾਲਾਤੀ ਦੇ ਫਰਾਰ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਇਹ ਸਵੇਰੇ ਕਿਤੇ ਸੁਬਹਾ ਬਾਥਰੂਮ ਕਰਨ ਲਈ ਉੱਠਿਆ, ਜਦੋਂ ਮੁਲਾਜ਼ਮ ਸਾਡੇ ਲੈ ਕੇ ਗਏ ਨੂੰ, ਮੁਲਾਜ਼ਮ ਬਾਥਰੂਮ ਬਾਅਦ 'ਚ ਆਇਆ, ਜਦੋਂ ਉਹਨੇ ਉਦੋਂ ਮੁਲਾਜ਼ਮ ਦੇ ਪੁੱਛ ਕੇ ਧੱਕਾ ਮਾਰਿਆ, ਧੱਕਾ ਮਾਰ ਕੇ ਦੌੜ ਗਿਆ। ਇਹ ਕਿਹੜੇ ਮਾਮਲੇ 'ਚ ਇੱਥੇ ਸੀਗਾ? ਇਹ ਟਾਂਡੇ ਦਾ ਮਿਲਿਆ ਸੀ, 260 ਨੰਬਰ ਮੁਕਦਮਾ ਅਤੇ 399-402 ਆਰਮ ਜੈਕਟ ਦੇ ਤਹਿਤ ਅਰੈਸਟ ਸੀਗਾ। ਉੱਥੋਂ ਜੇਲ੍ਹ 'ਚੋਂ ਇਹ ਰੈਫਰ ਹੋ ਕੇ ਆਇਆ ਸੀ ਅਤੇ ਇਲਾਜ ਦੇ ਸੰਬੰਧ ਆਰਮੀ ਬੇਸ ਦੇ ਵਿੱਚ ਅਸਾਸ ਰਾਈਫਲ ਨਾਲ ਚੱਕਿਆ ਗਿਆ ਸੀ, ਖਤਰਨਾਕ ਮੁਜਰਮ ਸੀ, ਕਿਤੇ ਕੋਈ ਨਾ ਕੋਈ ਕੋਤਾਹੀ ਹੈ? ਦੱਸ ਰਹੇ ਆ, ਪਤਾ ਨਹੀਂ ਹੁਣ ਕਿਹੜੇ ਸਾਡੇ ਕੋਲ ਤੇ ਇੰਨੀ ਇੰਟੀਮੇਸ਼ਨ ਸੀ ਵੀ ਇਸ ਮਾਮਲੇ 'ਚ ਇੱਥੇ ਜੇਲ੍ਹ 'ਚ ਬੰਦ ਸੀ ਅਤੇ ਕੈਦੀ ਇੱਥੇ ਦਾਖਲ ਆ। ਕੋਈ ਕਿਤੇ ਨਾ ਕਿਤੇ ਕੋਤਾਹੀ ਲੱਗਦੀ ਕਿ ਕਿਤੇ ਨਾ ਕਿਤੇ ਆਈ ਹੋਏ ਇਹਦੇ ਵਿੱਚ ਆਈ ਹੈ ਤਾਂ ਹੀ ਨੱਠਿਆ ਹੋਊਗਾ, ਇੱਦਾਂ ਕੋਤਾਹੀ ਤੋਂ ਬਿਨਾਂ ਕਿੱਦਾਂ ਜਾ ਸਕਦਾ। ਠੀਕ ਹੈ। ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ, ਉੱਥੇ ਹੀ ਸਿੱਖ ਜਗਤ ਦੇ ਚੌਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬਹੁਜਨ ਸਮਾਜ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ, ਜਿਸ ਵਿੱਚ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਮੁੱਖ ਤੌਰ 'ਤੇ ਹਾਜ਼ਰੀ ਲਵਾਈ, ਜਦਕਿ ਕਾਨਫਰੰਸ ਵਿੱਚ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਦੀ ਲੀਡਰਸ਼ਿਪ ਮੌਜੂਦ ਰਹੀ। ਬਸਪਾ ਸੂਬਾ ਪ੍ਰਧਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 70 ਸੀਟਾਂ 'ਤੇ ਇਕੱਲੇ ਹੀ ਚੋਣ ਲੜਨ ਦੀ ਗੱਲ ਕੀਤੀ। ਉਹਨਾਂ ਕਿਹਾ ਕਿ 2022 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਦਾ ਫੈਸਲਾ ਪਾਰਟੀ ਪ੍ਰਧਾਨ ਭੈਣ ਮਾਇਆਵਤੀ ਕਰਨਗੇ। ਸੰਵਿਧਾਨ ਦੇ ਨਾਲ ਖਿਲਵਾੜ ਦੇ ਤੌਰ 'ਤੇ ਇਸ ਕਾਨੂੰਨ ਨੂੰ ਲਿਆ ਜਾ ਰਿਹਾ। ਬੇਸਿਕ ਸਟਰਕਚਰ ਆਫ ਕੰਸਟੀਟਿਊਸ਼ਨ ਹੈ ਜਿਹੜਾ, ਸੁਪਰੀਮ ਕੋਰਟ ਦਾ ਹੁਕਮ ਹੈ ਕਿ ਦੇਸ਼ ਦੀ ਜਿਹੜੀ ਸੰਸਦ ਹੈ ਉਹਦੇ ਰਾਹੀਂ ਬਣਿਆ ਕੋਈ ਵੀ ਕਾਨੂੰਨ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਨਾਲ ਖਿਲਵਾੜ ਨਹੀਂ ਕਰ ਸਕਦਾ। ਜਿਹੜਾ NRC ਔਰ CAA ਜਿਹੜਾ ਆਇਆ, ਇਹ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਜਿਹੜੀ ਕਿ ਫੰਡਾਮੈਂਟਲ ਰਾਈਟ ਦੇ ਵਿੱਚ ਦਰਜ ਹੈ, ਆਰਟੀਕਲ 14, 15, 16, ਇਹ ਮੂਲ ਭਾਵਨਾ ਇਹ ਕਹਿੰਦੀ ਆ ਜਾਤੀ, ਧਰਮ, ਨਸਲ, ਸਥਾਨ, ਲਿੰਗ ਦੇ ਆਧਾਰ 'ਤੇ ਵਿਤਕਰਾ ਨਹੀਂ ਹੋ ਸਕਦਾ। CAA ਧਰਮ ਦੇ ਆਧਾਰ 'ਤੇ ਵਿਤਕਰਾ ਕਰਦਾ ਆ। ਮਾਣਯੋਗ ਨਰਿੰਦਰ ਮੋਦੀ ਜੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਇਹ ਪ੍ਰਧਾਨ ਮੰਤਰੀ ਘੱਟ ਹੈ, RSS ਦੀ ਮੋਹਨ ਭਾਗਵਤ ਵੀ ਨਾਗਪੁਰ ਦੀ ਕੱਠਪੁਤਲੀ ਜ਼ਿਆਦਾ ਆ, ਅਤੇ ਜਿੱਦਾਂ ਮਦਾਰੀ ਕੱਠਪੁਤਲੀ ਨੂੰ ਨਚਾਉਂਦਾ ਆ ਅਤੇ ਕੱਠਪੁਤਲੀ ਉੱਦਾਂ ਨੱਚ ਰਹੀ ਹੈ। ਪੰਜਾਬ 'ਚ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ, ਬਸਪਾ ਕੈਂਡੀਡੇਟ ਖੜੇ ਕਰ ਰਹੀ ਹੈ ਜਾਂ ਕਿਸੇ ਨੂੰ ਹਮਾਇਤ ਦੀ? ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਜੀ ਜਿਹੜੇ ਦੇਸ਼ ਦੇ ਰਾਸ਼ਟਰੀ ਨੇਤਾ ਆ ਬਹੁਜਨ ਸਮਾਜ ਪਾਰਟੀ ਦੇ, ਉਹਨਾਂ ਦਾ ਪਿਛਲੀ ਦਿਨੀ 5-6 ਦਿਨ ਪਹਿਲਾਂ ਬਿਆਨ ਆਇਆ, ਬਹੁਜਨ ਸਮਾਜ ਪਾਰਟੀ ਉੱਥੇ ਸਾਰੀਆਂ ਸੀਟਾਂ ਲੜਨ ਜਾ ਰਹੀ ਹੈ 70 ਦੀਆਂ 70।
ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ ਮੌਕੇ ਪਹੁੰਚੇ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਸੀਵਰੇਜ ਦੀ ਸਫਾਈ ਕਰਨ ਵਾਲੇ ਪੰਜਾਬ ਦੇ ਪਹਿਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਤਹਿਤ ਸੀਵਰੇਜ ਦੇ ਮੇਨ ਹੋਲਾਂ ਦੀ ਸਫਾਈ ਰੋਬੋਟਿਕ ਮਸ਼ੀਨਾਂ ਕਰਨਗੀਆਂ। ਉਹਨਾਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਮੇਰਾ ਮੁਕਤਸਰ ਮੇਰਾ ਮਾਣ ਮਿਸ਼ਨ ਤਹਿਤ ਆਰੰਭੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤਕਨੀਕ ਸੀਵਰੇਜਾਂ ਦੀ ਸਫਾਈ ਦੇ ਕੰਮ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਵੇਗੀ। ਇੰਨਾ ਹੀ ਨਹੀਂ, ਇਸ ਤਕਨੀਕ ਨਾਲ ਸੀਵਰੇਜ ਸਾਫ਼ ਕਰਦੇ ਸਮੇਂ ਮਨੁੱਖਾਂ ਦੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਵੀ ਬਚਿਆ ਜਾ ਸਕੇਗਾ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ 90 ਲੱਖ ਰੁਪਏ ਦੀ ਲਾਗਤ ਨਾਲ ਫਿਲਹਾਲ 2 ਮਸ਼ੀਨਾਂ ਦੀ ਖਰੀਦ ਕੀਤੀ ਹੈ ਤੇ ਇਸ ਵਿੱਚ ਇਹਨਾਂ ਦੀ 5 ਸਾਲ ਦੀ ਸਾਂਭ ਸੰਭਾਲ ਵੀ ਸ਼ਾਮਿਲ ਹੈ। ਮੈਂ ਆਪ ਸਮਝਣਾ ਮੰਡੀ ਸਾਹਿਬ ਨੇ ਦੱਸਿਆ ਕਿ ਇਹ 35 ਲੱਖ 45 ਲੱਖ ਦਾ ਆਇਆ ਵਾ। ਸੋ ਡੀ ਸੀ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਨੇ, ਸਫਾਈ ਦੇ ਮੁਹਿੰਮ ਉਹਨਾਂ ਨੇ ਬੜੀ ਜ਼ੋਰਾਂ ਨਾਲ ਛੇੜੀ ਹੋਈ ਆ। ਮੰਡੀ ਸਾਹਿਬ ਨੂੰ ਵਧਾਈ ਦਿੰਦਾ ਅਤੇ ਉਹ ਪ੍ਰੋਜੈਕਟ ਮੈਂ ਆਪ ਦੇਖਣ ਲੱਗਾ, ਸਾਰਾ ਦੇਖ ਕੇ ਸਮਝ ਕੇ ਫਿਰ ਉਹਦੀ ਗੱਲ ਕਰਾਂ। ਸਰ, ਕੇਰਲ ਸਰਕਾਰ ਜਿਹੜੀ ਇਹ CCA ਬਿੱਲ ਹੈ ਉਸਕੇ ਖਿਲਾਫ ਮੇਂ ਸੁਪਰੀਮ ਕੋਰਟ ਮੇਂ ਗਈ ਹੈ, ਆਪਕੀ ਤਰਫ ਸੇ ਕਿਆ ਇਸਕੇ ਫੈਸਲਾ ਲਿਆ ਜਾਏਗਾ? ਦੋਨੋਂ ਨੇ ਬੜੀਆ ਕੀਆ, ਬਾਕੀ ਫੈਸਲਾ ਆਪਣੇ ਹਮਾਰੇ ਕੈਪਟਨ ਸਾਹਿਬ ਲੇਂਗੇ, ਇੱਕ ਉਹ ਹਮਾਰੇ ਲੀਡਰ ਹੈ, ਜੋ ਬਾਤ ਉਹ ਕਹੇਗੇ ਉਨਕੇ ਸਾਥ ਹੈ। ਇੱਕ ਸਰ ਦਰਬਾਰ ਸਾਹਿਬ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਹੰਸਾਲੀ ਜਿਹੜੀ ਜਿੱਥੋਂ ਪਾਣੀ ਆਉਂਦਾ। ਬਿਲਕੁਲ ਮੰਗ ਵਾਜਬ ਹੈ, ਅੱਜ ਹੀ CM ਸਾਹਿਬ ਨਾਲ ਗੱਲ ਕਰਾਂਗੇ। ਮੈਨੂੰ ਆਸ ਹੈ ਕਿ ਅਗਲੇ ਸਾਲ ਆਉਂਦਿਆਂ ਨੂੰ ਜਦੋਂ ਮੇਲੇ 'ਤੇ ਆਵਾਂਗੇ ਜਾਂ ਕੋਈ ਸਰਕਾਰ ਦਾ ਜਿਹੜਾ ਵੀ ਆਏਗਾ ਉਦੋਂ ਨੂੰ ਪੂਰੀ ਹੋਈ ਹੋਵੇਗੀ। ਭਾਰਤੀ ਸਰਹੱਦ ਵਿੱਚ ਗਲਤੀ ਨਾਲ ਦਾਖਲ ਹੋਇਆ ਪਾਕਿਸਤਾਨੀ ਮੁਸ਼ਵਰ ਬਿਲਾਲ ਦੀ ਅੱਜ ਵਤਨ ਵਾਪਸੀ ਹੋ ਗਈ। ਭਾਰਤ ਸਰਕਾਰ ਨੇ 9 ਜਨਵਰੀ ਨੂੰ ਪੰਜਾਬ ਦੇ ਹੁਸ਼ਿਆਰਪੁਰ ਜੁਵੇਨਾਈਲ ਜੇਲ੍ਹ ਵਿੱਚ ਬੰਦ 17 ਸਾਲਾ ਪਾਕਿਸਤਾਨੀ ਬਿਲਾਲ ਨੂੰ 14 ਜਨਵਰੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ, ਜਿਸ ਦੇ ਚਲਦਿਆਂ ਅੱਜ 14 ਜਨਵਰੀ ਨੂੰ ਬਿਲਾਲ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੁਸ਼ਿਆਰਪੁਰ ਤੋਂ ਵਾਹਗਾ ਬਾਰਡਰ ਲਈ ਰਵਾਨਾ ਕਰ ਦਿੱਤਾ ਗਿਆ ਅਤੇ ਉੱਥੋਂ ਉਸ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਜ਼ਰੀਏ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਕਸੂਰ ਧਾਮ ਹੈ, ਜ਼ਿਲ੍ਹਾ ਕਸੂਰ, ਪਿੰਡ ਗੱਦੂ ਕੀ ਬਸਤੀ ਰਮਜ਼ਾਨਾਬਾਦ। ਕਿੱਦਾਂ ਕਿੱਦਾਂ ਭਾਰਤ ਆ ਗਏ ਸੀ, ਕਦੋਂ ਫੜੇ ਗਏ? ਜੀ ਸਰ, ਘਰੇ ਮਾੜਾ ਜੀ ਲੜਾਈ ਜੀ ਹੋ ਗਈ ਸੀ ਅਤੇ ਉਹਦੇ ਕਰਕੇ ਮੈਂ ਆ ਗਿਆ ਜੀ ਗੁੱਸੇ 'ਚ, ਪਤਾ ਨਹੀਂ ਲੱਗਿਆ ਮੈਨੂੰ, ਬਸ ਇੰਨੀ ਕੀ ਗੱਲ ਸੀ, ਇੱਧਰ ਆ ਗਿਆ ਸੀ ਪਤਾ ਨਹੀਂ ਲੱਗਿਆ, ਉੱਥੋਂ BSF ਵਾਲਿਆਂ ਨੇ ਮੈਨੂੰ ਫੜ ਕੇ ਅਤੇ ਇੱਧਰ ਸਿੱਟਤਾ। ਅਤੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਔਰ ਹੁਣ ਵਾਪਸ ਜਾ ਰਹੇ ਹੋ, ਆਪਣੇ ਪਰਿਵਾਰ ਨੂੰ ਮਿਲੋ, ਕੇ ਕੀ ਕਹਿਣਾ ਚਾਹੁੰਦੇ? ਕੁਛ ਨਹੀਂ ਕਹਿਣਾ ਚਾਹੁੰਦੇ ਸਰ, ਇੱਧਰ ਬਸ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਇਹਨਾਂ ਨੇ, ਬਹੁਤ ਆਸਾਨ ਇਹਨਾਂ ਦਾ, ਬਸ ਹੋਰ ਕਹਿਣਾ ਪੂਰਾ। ਬਹੁਤ ਖੁਸ਼ੀ ਹੋ ਰਹੀ ਸਰ ਇੱਥੇ ਪਰਿਵਾਰ ਦੇ ਵਿੱਚ। ਹੋਰ ਕੌਣ ਕੌਣ, ਕਿੰਨੇ ਭੈਣ ਭਰਾ? ਮੰਮੀ, ਭੈਣ ਭਰਾ ਸਾਰੇ ਹੈਗੇ ਸਰ। ਰਾਜਧਾਨੀ ਦਿੱਲੀ ਵਿੱਚ ਫੈਕਟਰੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਨੇ। ਤਾਜ਼ਾ ਮਾਮਲਾ ਲਾਰੈਂਸ ਰੋਡ 'ਤੇ ਸਥਿਤ ਜੁੱਤੀਆਂ ਬਣਾਉਣ ਵਾਲੀ ਇੱਕ ਫੈਕਟਰੀ ਦਾ ਸਾਹਮਣੇ ਆਇਆ ਏ, ਜਿੱਥੇ ਭਿਆਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 26 ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਖਬਰ ਲਿਖੇ ਜਾਣ ਤੱਕ ਵੀ ਇਹ ਕੋਸ਼ਿਸ਼ਾਂ ਜਾਰੀ ਸਨ। ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਸੁਪਰੀਮ ਕੋਰਟ ਨੇ 2 ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਦੋਹਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ। ਜਸਟਿਸ NV ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਰੋਹਿੰਟਨ ਫੱਲੀ ਨਰੀਮਨ, ਜਸਟਿਸ ਆਰ ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੇ 5 ਜੱਜਾਂ ਵਾਲੇ ਸੰਵਿਧਾਨਿਕ ਬੈਂਚ ਨੇ ਦੋਸ਼ੀ ਵਿਨੇ ਸ਼ਰਮਾ ਅਤੇ ਮੁਕੇਸ਼ ਵੱਲੋਂ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਹੁਣ ਦੋਹਾਂ ਨੂੰ 22 ਜਨਵਰੀ ਨੂੰ ਤੈਅ ਸਮੇਂ ਮੁਤਾਬਕ ਫਾਂਸੀ ਦਿੱਤੀ ਜਾਵੇਗੀ। ਬਾਲੀਵੁੱਡ ਦੇ ਸਦਾਬਹਾਰ ਹੀਰੋ ਰਾਜ ਕਪੂਰ ਦੀ ਧੀ ਅਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਦਾ ਅੱਜ ਦੇਹਾਂਤ ਹੋ ਗਿਆ। ਰਿਤੂ ਕਪੂਰ ਖਾਨਦਾਨ ਵਿੱਚ ਰਿਸ਼ੀ ਕਪੂਰ, ਰਣਧੀਰ ਕਪੂਰ ਅਤੇ ਰਾਜੀਵ ਕਪੂਰ ਦੀ ਭੈਣ ਸੀ। ਰਿਸ਼ੀ ਕਪੂਰ ਦੀ ਧੀ ਰਿਧਿਮਾ ਕਪੂਰ ਨੇ ਆਪਣੀ ਭੂਆ ਦੇ ਦੇਹਾਂਤ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ। ਰਿਧਿਮਾ ਨੇ ਆਪਣੀ ਭੂਆ ਦੀ ਤਸਵੀਰ ਨੂੰ ਸਾਂਝੀ ਕਰਦਿਆਂ ਲਿਖਿਆ ਕਿ ਆਪਣੀ ਜ਼ਿੰਦਗੀ ਵਿੱਚ ਇਹਨਾਂ ਤੋਂ ਵਧੇਰੇ ਨਿਮਰ ਅਤੇ ਸੁਘੜ ਵਿਅਕਤੀ ਨੂੰ ਅੱਜ ਤੱਕ ਨਹੀਂ ਮਿਲੀ। ਭੂਆ, ਤੁਸੀਂ ਹਮੇਸ਼ਾ ਯਾਦ ਆਓਗੇ। ਰਿਤੂ ਨੰਦਾ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ, ਸਤਿ ਸ਼੍ਰੀ ਅਕਾਲ।